ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਤੁਹਾਡੇ ਆਪਣੇ YouTube ਚੈਨਲ DK Social Help ਦੇ ਵਿੱਚ ਸੋ ਦੋਸਤੋ ਪੰਜਾਬ ਬੁਢਾਪਾ ਪੈਨਸ਼ਨ ਜਿਹੜੀ ਸਕੀਮ ਹੈ ਠੀਕ ਹੈ ਚਾਹੇ ਉਹ ਬਜ਼ੁਰਗਾਂ ਦੀ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਚਾਹੇ ਹੋਵੇ ਦਿਵਿਆਂਗਾਂ ਦੀ ਪੈਨਸ਼ਨ ਠੀਕ ਹੈ ਜੀ ਉਹ 7 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਦੋਸਤੋ ਅੱਜ ਦੀ ਤਾਜ਼ਾ ਖਬਰ ਅਪਡੇਟ ਆਈ ਹੈ ਨਵੀਂ ਦੋਸਤੋ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਨਈ ਆਏ ਭੈਣ ਭਰਾਵ ਨੂੰ ਨਿੱਕੀ ਜੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਤੇ ਬਟਨ ਦਬਾ ਕੇ 올 ਤੇ ਪ੍ਰੈਸ ਜ਼ਰੂਰ ਕਰ ਲਿਆ ਕਰੋ ਦੋਸਤੋ ਤਾਂ ਜੋ ਤੁਹਾਨੂੰ ਨਵੀਂ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਚਲਦੇ ਆ ਅੱਜ ਦੇ ਅਪਡੇਟ ਦੇ ਵਿੱਚ ਕੀ ਅਪਡੇਟ ਆਇਆ ਸੱਤ ਜ਼ਿਲ੍ਹੇ ਨੇ ਉਹਨਾਂ ਵਿੱਚ ਕੀ ਸ਼ੁਰੂ ਹੋ ਚੁੱਕਿਆ ਹੈ 2500 ਸ਼ੁਰੂ ਹੋਈ ਹੈ ਜੇ 1500 ਹੈ ਤੁਹਾਨੂੰ ਦੱਸਾਂਗੇ ਦੋਸਤੋ ਸਾਰਾ ਕੋਸ਼ਿਸ਼ ਇਸ ਵੀਡੀਓ ਵਿੱਚ ਬਣੇ ਰਹਿਣਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਕੈਬਨਿਟ ਮੰਤਰੀ ਨੇ ਡਾਕਟਰ ਬਲਜੀਤ ਕੌਰ ਜੀ ਇਨਾ ਵ ਇੱਕ ਬਿਆਨ ਆਇਆ ਜੀ ਠੀਕ ਹੈ ਜੀ ਇਹਦੇ ਤਹਿਤ ਜੀ ਠੀਕ ਹੈ ਜੀ ਪੰਜਾਬ ਦੇ 30.25 ਲੱਖ ਪੈਨਸ਼ਨਰਾਂ ਲਈ ਖੁਸ਼ਖਬਰੀ ਸਰਕਾਰ ਨੇ ਪੈਨਸ਼ਨਰਾਂ ਦੀ ਅਦਾਇਗੀ ਸੰਬੰਧੀ ਲਿਆ ਇਹ ਫੈਸਲਾ ਸੋ ਦੋਸਤੋ ਕੀ ਫੈਸਲਾ ਹੈ ਇਹਦੇ ਵਿੱਚ ਜਾਣਾਂਗੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਦੋਸਤੋ ਪੰਜਾਬ ਜਨਤਕ ਵਿਧੀ ਪ੍ਰਬੰਧਕ ਸਿਸਟਮ ਠੀਕ ਹੈ ਜੀ ਪੀ ਐਫ ਐਮ ਐਸ ਰਾਹੀਂ ਭਲਾਈ ਸਕੀਮਾਂ ਦੀ ਪੈਨਸ਼ਨ ਦੀ ਅਦਾਇਗੀ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਮੁੱਖ ਮੰਤਰੀ ਪੰਜਾਬ ਭਗਤ ਸਿੰਘ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਵਿਧਵਾ ਅਤੇ ਬੇਸਹਾਰਾ ਔਰਤਾਂ ਅਰਸ਼ਿਤ ਬੱਚੇ ਅਤੇ ਦਿਵੰਗਾ ਵਿਅਕਤੀਆਂ ਲਈ ਚਲਾਈ ਜਾ ਰਹੀਆਂ ਸਮਾਜਿਕ ਭਲਾਈ ਸਕੀਮਾਂ ਨੂੰ ਯੋਗ ਪਾਤਰਾਂ ਤੱਕ ਪਹੁੰਚਾਉਣ ਲਈ ਲਗਾਤਾਰ ਕਾਰਜ ਕਰ ਰਹੀ ਹੈ ਸੋ ਦੋਸਤੋ ਜਿਨੀਆਂ ਵੀ ਤਰ੍ਹਾਂ ਦੀਆਂ ਪੈਨਸ਼ਨਾਂ ਆਏ ਉਹਨਾਂ ਨੂੰ ਠੀਕ ਰੂਪ ਨਾਲ ਪਹੁੰਚਾਉਣ ਲਈ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਹ ਦਿਨੋ ਦਿਨ ਕੰਮ ਕਰ ਰਹੀ ਹੈ ਅੱਗੇ ਜੀ ਇਸੇ ਲੜੀ ਵਿੱਚ ਇੱਕ ਤਹਿਤ ਇਸੇ ਲੜੀ ਤਹਿਤ ਪੰਜਾਬ ਰਾਜ ਵਿੱਚ ਪੈਨਸ਼ਨਾਂ ਦੀ ਅਦਾਇਗੀ ਤੁਰੰਤ ਤੁਰੰਤ ਕਰਨ ਲਈ ਜਨਤਕ ਵਿਧੀ ਪ੍ਰਬੰਧਕ ਸਿਸਟਮ ਠੀਕ ਹੈ ਜੀ ਪੀ ਐਫ ਐਮ ਐਸ ਲਾਗੂ ਕੀਤਾ ਗਿਆ ਜਿਹਨੂੰ ਇੰਗਲਿਸ਼ ਵਿੱਚ ਆਪਾਂ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਕਹਿ ਦਿੰਦੇ ਆ ਠੀਕ ਹੈ ਜੀ ਇਹਦੇ ਵਿੱਚ ਦੱਸ ਦੱਸ ਰਿਹਾ ਜੀ ਇਸ ਬਾਰੇ ਜਾਣਕਾਰੀ ਦਿੰਦੇ ਆ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਦ ਪਿਵਾਕ ਵਿਕਾਸ ਬਾਰੇ ਮੰਤਰੀ ਡਾਕਟਰ ਬਲਜੀਤ ਕੋ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਲਾਪਾਤਰੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਠੀਕ ਹੈ ਜੀ ਵਿੱਚ ਇਹਨਾਂ ਸਕੀਮਾਂ ਅਧੀਨ 30.25 ਲੱਖ ਲਾਪਤਰੀ ਨੂੰ ਪੰਜਾਬ ਜਿਹੜਾ ਪੈਨਸ਼ਨ ਦਾ ਲਾਭ ਮਿਲ ਰਿਹਾ ਹੈ ਅੱਗੇ ਦੱਸਦੇ ਹਨ ਜੀ ਕੈਬਨਟ ਮੰਤਰੀ ਬਲਜੀਤ ਕੋਰ ਜੀ ਦੱਸ ਰਹੇ ਨੇ ਕਿ ਦੱਸਿਆ ਹੈ ਕਿ ਪੈਨਸ਼ਨ ਦੀ ਰਾਸ਼ੀ ਦੀ ਤੁਰੰਤ ਅਦਾਇਗੀ ਕਰਨ ਲਈ ਪੂਰੇ ਪੰਜਾਬ ਰਾਜ ਵਿੱਚ ਨਵਾਂ ਸਿਸਟਮ ਜਨਤਕ ਵਿਧੀ ਪ੍ਰਬੰਧਕ ਸਿਸਟਮ ਠੀਕ ਹੈ ਜੀ ਪੀ ਐਫ ਐਮ ਐਸ ਲਾਗੂ ਕੀਤਾ ਗਿਆ ਜਿਸ ਨਾਲ ਪੰਜਾਬ ਜਿਸ ਨਾਲ ਪੈਨਸ਼ਨ ਦਾ ਭੁਗਤਾਨ ਜਲਦੀ ਹੋਵੇਗਾ ਅਤੇ ਅਦਾਇਗੀ ਸਬੰਧੀ ਵਿਭਾਗ ਨੂੰ ਤੁਰੰਤ ਜਾਣਕਾਰੀ ਮਿਲ ਜਾਵੇਗੀ ਸੋ ਦੋਸਤੋ ਤੁਹਾਨੂੰ ਪੀਐਫਐਮ ਵਾਸਤੇ ਐਮ ਜਿਹੜਾ ਪੀਐਫਐਮਐਸ ਜਿਹੜੀ ਸਿਸਟਮ ਹੈ ਮੈਂ ਤੁਹਾਨੂੰ ਦੱਸਦਾ ਦੋਸਤੋ ਕੀ ਹੁੰਦਾ ਹੈ ਜਿਵੇਂ ਇਹਨਾਂ ਦਾ ਸਿਸਟਮ ਹੁੰਦਾ ਪੈਨਸ਼ਨ ਵਾਲਿਆਂ ਦਾ ਡਿਪਾਰਟਮੈਂਟ ਦਾ ਤਾਂ ਦੋਸਤੋ ਜਦੋਂ ਵੀ ਪੈਨਸ਼ਨ ਸ਼ੁਰੂ ਕਰਦੇ ਨੇ ਠੀਕ ਹੈ ਜੀ ਤੋਂ ਉਸ ਦੌਰਾਨ ਜਿਹੜਾ ਕੋਈ ਲਾਭਪਾਤਰੀ ਹੈ ਉਸ ਲੋ ਜਦੋਂ ਵੀ ਕੋਈ ਅਮਾਉਂਟ ਆਉਂਦੀ ਹੈ ਠੀਕ ਹੈ ਜੀ ਉਹ ਆਪਣੇ ਖਾਤੇ 'ਚ ਹੀ ਚੈੱਕ ਕਰਦਾ ਹੈ ਆਈ ਹੈ ਨਹੀਂ ਆਈ ਉਹਨੂੰ ਕਿੰਨੀ ਇਸ਼ੂ ਹੋਏ ਸਾਰੇ ਬੈਂਕ 'ਚ ਦੇਖਦਾ ਹੈ ਪਰ ਜਦੋਂ ਇਹ ਸਿਸਟਮ ਲਾਗੂ ਹੋ ਗਿਆ ਦੋਸਤੋ ਉਹਨਾਂ ਦਾ ਅਲੱਗ ਤੋਂ ਇੱਕ ਅਕਾਊਂਟ ਬਣ ਜਾਏਗਾ ਔਨਲਾਈਨ ਜਾ ਕੇ ਉਹ ਕਦੋਂ ਵੀ ਚੈੱਕ ਕਰ ਸਕਦੇ ਨੇ ਕਿ ਜਿਹੜੀ ਉਹਨਾਂ ਦੀ ਪੈਨਸ਼ਨ ਖਾਤੇ ਵਿੱਚ ਆਈ ਹੈ ਇਹ ਪਿੱਛੇ ਡਿਪਾਰਟਮੈਂਟ ਜਿਹੜਾ ਪੈਨਸ਼ਨ ਵਾਲਾ ਡਿਪਾਰਟਮੈਂਟ ਹੈ ਉਹਨੇ ਕਦੋਂ ਇਸ਼ੂ ਕੀਤੀ ਸੀ ਤੇ ਪਿਛੇ ਪਿਛਲੀਆਂ ਕਿੰਨੀਆਂ ਪੈਨਸ਼ਨਾਂ ਜਿਹੜੀਆਂ ਮੇਰੀ ਅਜੇ ਤੱਕ ਆ ਚੁੱਕੀਆਂ ਨੇ ਕਿਹੜੀ ਮੇਰੀ ਪੈਂਡਿੰਗ ਹੈ ਕਿਹੜੀ ਨਹੀਂ ਪੈਂਡਿੰਗ ਹੈ ਔਨ ਲਾਪਾਤਰੀ ਚੈੱਕ ਕਰ ਸਕਦਾ ਸੋ ਦੋਸਤੋ ਇਹ ਐਸਜੀਐਸ ਸਿਸਟਮ ਹੈ ਤੁਹਾਨੂੰ ਦੱਸ ਦਾਂਗੀ ਜਿਸ ਨਾਲ ਪੈਨਸ਼ਨ ਵਿਭਾਗ ਦਾ ਭੁਗਤਾਨ ਜਲਦੀ ਹੋਵੇਗਾ ਤੇ ਅਦਾਇਗੀ ਸੰਬੰਧੀ ਵਿਭਾਗ ਨੂੰ ਵੀ ਤੁਰੰਤ ਜਾਣਕਾਰੀ ਮਿਲ ਸਗੀ ਇਹਦੇ ਨਾਲ ਜਿਹੜਾ ਵਿਭਾਗ ਹੈ ਆਪਣਾ ਠੀਕ ਹੈ ਪੈਨਸ਼ਨ ਡਿਪਾਰਟਮ ਉਹਨੂੰ ਵੀ ਸੁਵਿਧਾ ਹੋਏਗੀ ਤੇ ਆਮ ਜਨਤਾ ਨੂੰ ਤੇ ਹੋਵੇਗੀ ਹੀ ਉਹਨਾਂ ਕਹਿਆ ਹੈ ਕਿ ਜੇਕਰ ਪੈਨਸ਼ਨ ਦੇਗਾ ਅਦਾਇਗੀ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਲਾਪਾਤਰੀ ਆਪਣੀ ਪੁਰਾਣੀ ਪੂਰੀ ਜਾਣਕਾਰੀ ਇਸ ਸਿਸਟਮ ਰਾਹੀਂ ਪ੍ਰਾਪਤ ਕਰ ਸਕਦਾ ਹੈ ਦੇਖੋ ਦੋਸਤੋ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਜੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਔਰ ਕਾਬਟ ਆਉਂਦੀ ਹੈ ਪੈਨਸ਼ਨ ਨਹੀਂ ਆਈ ਤੇ ਦੋਸਤੋ ਇਸ ਸਿਸਟਮ ਰਾਹੀਂ ਉਹ ਆਪਣੀ ਜਾਣਕਾਰੀ ਲੈ ਸਕਦਾ ਹੈ ਇਸ ਸਿਸਟਮ ਇਹ ਸਿਸਟਮ ਪਹਿਲਾਂ 7 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਸੀ ਠੀਕ ਹੈ ਜੀ ਤੁਹਾਨੂੰ ਦੱਸਦਾ ਜਿਹੜਾ ਆਪਣਾ ਮੇਨ ਮਕਸਦ ਹੈ ਜੀ ਤੁਹਾਨੂੰ ਦੱਸਣਾ ਜੀ ਪੈਨਸ਼ਨ ਜਿਹੜਾ ਸਿਸਟਮ ਹੈ ਉਹ ਪਹਿਲਾਂ 7 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਹੋਇਆ ਸੀ ਅੱਜ ਤੋਂ 7 ਦਿਨਾਂ 7 ਜ਼ਿਲ੍ਹੇ ਪਹਿਲਾਂ ਲਾਗੂ ਹੋ ਚੁੱਕਿਆ ਸੀ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਇਹਨੂੰ ਸਾਰੇ ਕਿਤੇ ਲਾਗੂ ਕੀਤਾ ਜਾ ਰਿਹਾ ਹੈ ਸੋ ਦੋਸਤੋ ਇਹ ਸਿਸਟਮ ਪਹਿਲਾਂ 7 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਸੀ ਜੋ ਕਿ ਸਫਲ ਰਿਹਾ ਹੈ ਇਹਨਾਂ ਨੇ ਇਸ ਕਰਕੇ ਕੀਤਾ ਜੀ ਦੋਸਤੋ ਸੱਤ ਜ਼ਿਲ੍ਹਿਆਂ 'ਚ ਵੀ ਇਹ ਸੁਰੱਖਿਤ ਹੈ ਜਾਂ ਨਹੀਂ ਹੈ ਸਹੀ ਕੰਮ ਕਰਦਾ ਹੈ ਨਹੀਂ ਕਿ ਜੋ ਸਫਲ ਰਿਹਾ ਹੈ ਤੇ ਇਹਨੂੰ ਹੀ ਅੱਗੇ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਜੀ ਇਸੇ ਸਿਸਟਮ ਨੂੰ ਚਲਾਇਆ ਜਾਏਗਾ ਹੁਣ ਪੰਜਾਬ ਰਾਜ ਦੇ ਦੇ ਜ਼ਿਲ੍ਹਾ ਅਧਿਕਾਰੀ ਨੂੰ ਪੈਨਸ਼ਨ ਦੀ ਅਦਾਇਗੀ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਪੀ ਪੀ ਐਫ ਐਮ ਐਸ ਰਾਹੀਂ ਪੈਨਸ਼ਨ ਭੇਜਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਅੱਗੇ ਲਿਖਦੇ ਨੇ ਜੀ ਡਾਕਟਰ ਬਲਜੀਤ ਕੌਰ ਜੀ ਜੀ ਪੰਜਾਬ ਦੇ ਵਿੱਚ PFMS ਲਾਗੂ ਹੋਣ ਨਾਲ ਪੰਜਾਬ ਠੀਕ ਹੈ ਜੀ ਪੈਨਸ਼ਨ ਭੇਜਣ ਦੇ ਕੰਮ ਵਿੱਚ ਪਾਰਦਰਸ਼ਤਾ ਆਵੇਗੀ ਕਹਿਣ ਦਾ ਮਤਲਬ ਪਾਰਦਰਸ਼ਤਾ ਮਤਲਬ ਕੀ ਕਿਸ ਨੇ ਸਾਡੀ ਪੈਨਸ਼ਨ ਆ ਚੁੱਕੀ ਹੈ ਜਾਂ ਨਹੀਂ ਆ ਚੁੱਕੀ ਠੀਕ ਹੈ ਜੀ ਕੋਈ ਆਪਣੀ ਪੈਨਸ਼ਨ ਨਾਲ ਛੇੜਖਾਨੀ ਤਾਂ ਨਹੀਂ ਕਰ ਰਿਹਾ ਇਹ ਸਿਸਟਮ ਸਾਰਾ ਜਿਹੜਾ PFMS ਨਾਲ ਇਹ ਹੀ ਸੰਭਵ ਹੈ ਦੋਸਤੋ ਠੀਕ ਹੈ ਜੀ ਤੁਹਾਨੂੰ ਦੱਸ ਦਵਾਂ ਕਿ ਇਹੋ ਜਿਹਾ ਸਿਸਟਮ ਹਰਿਆਣਾ ਵਿੱਚ ਆਲਰੇਡੀ ਚੱਲ ਰਿਹਾ ਹੈ ਕਿਉਂਕਿ ਉੱਥੇ ਸਾਰਾ ਕੰਮ ਹੀ ਡਿਜੀਟਲ ਰੂਪ ਨਾਲ ਹੁੰਦਾ ਹੈ ਤੁਹਾਨੂੰ ਦੱਸਦਾ ਕਿ ਪੰਜਾਬ ਰਾਜ ਭਾਰਤ ਦਾ ਪਹਿਲਾ ਸੂਬਾ ਬਣ ਰਿਹਾ ਹੋਵੇਗਾ ਜੋ ਠੀਕ ਹੈ ਜੀ ਪੰਜਾਬ ਰਾਜ ਭਾਰਤ ਦਾ ਪਹਿਲਾ ਸੂਬਾ ਹੋਵੇਗਾ ਜੋ ਇਸ ਸਿਸਟਮ ਦੇ ਨਾਲ 30.25 ਠੀਕ ਹੈ ਲੱਖ ਪਾਤਰੀਆਂ ਨੂੰ ਸਿਸਟਮ ਨਾਲ ਮਹੀਨਾਵਾਰ ਪੈਨਸ਼ਨ ਦੇਵੇਗਾ ਸੋ ਦੋਸਤੋ ਇਹਨਾਂ ਨੇ ਦੱਸਿਆ ਕਿ 30.25 ਲੱਖ ਜਿਹੜੇ ਪੰਜਾਬ ਦੇ ਵਿੱਚ ਇੰਨੇ ਜਣਿਆਂ ਨੂੰ ਇੱਕ ਵਾਰ ਦੇ ਵਿੱਚ ਪੈਨਸ਼ਨ ਦੇਣ ਵਾਲਾ ਪਹਿਲਾ ਰਾਜ ਬਣ ਜੇਗਾ ਪੰਜਾਬ ਰਾਜ ਜਿਹੜਾ ਇਸ ਸਿਸਟਮ ਨਾਲ ਦੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰਿਆਣਾ ਵੀ ਦੇ ਰਿਹਾ ਪਰ ਉਹਨਾਂ ਕੋਲ 30.25 ਲੱਖ ਲਾਭਪਾਤਰੀ ਨਹੀਂ ਨੇ ਉਹਨਾਂ ਕੋਲ ਘਟ ਨੇ ਪਰ ਇਸ ਸਿਸਟਮ ਦੇ ਨਾਲ 30.25 ਲੱਖ ਲਾਭਪਾਤਰੀ ਪੰਜਾਬ ਦੇ ਵਿੱਚ ਨੇ ਜਿਹੜੇ ਕਿ ਇਸ ਸਿਸਟਮ ਨਾਲ ਹੁਣ ਅੱਗੇ-ਅੱਗੇ ਪੈਨਸ਼ਨ ਲਿਆ ਕਰਨਗੇ ਵਿਭਾਗ ਨੂੰ ਜਨਤਕ ਵਿਧੀ ਨਾਲ ਜਨਤਕ ਵਿੱਤੀ ਪ੍ਰਬੰਧਕ ਸਿਸਟਮ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਲਈ ਗਵਰਨਰਸ਼ਿਪ ਵਿਭਾਗ ਅਤੇ ਐਕਸਿਸ ਬੈਂਕ ਨਾਲ ਸਹਿਯੋਗ ਕੀਤਾ ਹੈ ਸੋ ਦੋਸਤੋ ਇਹ ਪੈਨਸ਼ਨ ਮੰਡਲ ਲਈ ਸਰਕਾਰ ਨੇ ਪੀਐਫ ਐਮਐਸ ਡਿਪਾਰਟਮੈਂਟ ਅਤੇ ਜਿਹੜਾ ਐਕਸਿਸ ਬੈਂਕ ਆ ਉਹਦੇ ਨਾਲ ਕੰਟ੍ਰੈਕਟ ਕੀਤਾ ਹੈ ਕੰਟ੍ਰੈਕਟ ਉਹਨਾਂ ਨੇ ਆਪਣਾ ਬਣਾਇਆ ਉਹਨਾਂ ਨਾਲ ਸਹਿਯੋਗ ਕੀਤਾ ਇੱਕ ਦੂਸਰੇ ਸਹਿਯੋਗ ਕਰਨਗੇ ਤਾਂ ਜੋ ਲੋਕਾਂ ਨੂੰ ਸਹੂਲਤ ਹੋ ਸਕੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ 1500 ਪੈਨਸ਼ਨ ਹੈ ਜਿਹੜੀ ਮਿਲ ਰਹੀ ਹੈ ਇਹ ਹੁਣ ਕਿਵੇਂ ਹੋਏਗਾ ਦੋਸਤੋ ਤੁਹਾਨੂੰ ਜਦੋਂ ਵੀ ਪੈਨਸ਼ਨ ਇਸ਼ੂ ਹੋਇਆ ਕਰੋਗੀ ਅਗਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਨਹੀਂ ਆਈ ਠੀਕ ਹੈ ਜੀ ਪੈਨਸ਼ਨ ਨਹੀਂ ਆਈ ਜਾਂ ਕਿਤੇ ਰੁਕ ਗਈ ਹੈ ਦੂਸਰਿਆਂ ਦੀ ਆ ਚੁੱਕੀ ਹੈ ਤਾਂ ਦੋਸਤੋ ਤੁਸੀਂ ਜਾ ਕੇ ਆਨਲਾਈਨ ਆਪਣਾ ਪੀ ਐਫ ਐਮ ਐਸ ਦੀ ਸਾਈਟ ਤੇ ਜਾ ਕੇ ਆਨਲਾਈਨ ਤੁਸੀਂ ਚੈੱਕ ਕਰ ਸਕਿਆ ਕਰੋਗੇ ਤਾਂ ਜੋ ਤੁਹਾਨੂੰ ਯਕੀਨੀ ਹੋ ਜਾਏਗਾ ਕਿ ਤੁਹਾਡੀ ਪੈਨਸ਼ਨ ਪਿੱਛੋਂ ਹੀ ਨਹੀਂ ਆਈ ਜਾਂ ਬੈਂਕ ਵੱਲੋਂ ਰੁਕੀ ਹੋਈ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਦੋਸਤੋ ਕਈਆਂ ਦੇ ਡਾਕੂਮੈਂਟ ਪੂਰੇ ਨਹੀਂ ਹੁੰਦੇ ਠੀਕ ਹੈ ਜੀ ਕਈ ਵਾਰ KYC ਕਰਨਾ ਹੁੰਦਾ ਹੈ ਕਈ ਵਾਰ ਖਾਤੇ ਚੋਂ ਆਪਾਂ ਸਾਰੇ ਪੈਸੇ ਕਢਵਾ ਲੈਣੇ ਆ ਤਾਂ ਜੋ ਖਾਤੇ ਪੈਂਕ ਕੀ ਕਰਦਾ ਆਪਣਾ ਖਾਤਾ ਇਨੈਕਟਿਵ ਕਰ ਦਿੰਦਾ ਹੈ ਇਸ ਕਰਕੇ ਆਪਣੇ ਖਾਤੇ ਦੇ ਵਿੱਚ ਲੈਣ ਦੇਣ ਨਹੀਂ ਹੁੰਦਾ ਜਦ ਲੈਣ ਦੇਣ ਨਹੀਂ ਹੁੰਦਾ ਤਾਂ ਦੋਸਤੋ ਜਿਹੜੇ ਸਰਕਾਰ ਪੈਨਸ਼ਨ ਭੇਜਦੀ ਹੈ ਆਪਣੇ ਖਾਤੇ ਵਿੱਚ ਨਹੀਂ ਆਉਂਦੀ ਤਾਂ ਜਦੋਂ ਦੋਸਤੋ ਇਸ ਕਰਕੇ ਆਪਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੋ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਇਹ ਸਿਸਟਮ ਹੈ ਇਦੇ ਨਾਲ ਸਭ ਤੋਂ ਫਾਇਦਾ ਤੇ ਸਰਕਾਰ ਦੇ ਨਾਨਾ ਲਾਭਪਾਤਰੀਆਂ ਨੂੰ ਵੀ ਹੋਣ ਵਾਲਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਸੀ ਕਿ ਪੀਐਫਐਮਐਸ ਜਿਹੜਾ ਸਿਸਟਮ ਹੈ ਉਹ 7 ਜ਼ਿਲ੍ਹਿਆਂ ਵਿੱਚ ਆਲਰੇਡੀ ਚੱਲ ਚੱਲ ਰਿਹਾ ਹੈ ਤੇ ਬਾਕੀ ਰਹਿੰਦੇ ਜਿਹੜੇ ਜਿੰਨੇ ਵੀ ਜ਼ਿਲ੍ਹੇ ਨੇ ਠੀਕ ਹੈ ਜੀ ਜਿੰਨੇ ਵੀ ਜ਼ਿਲ੍ਹੇ ਨੇ ਬਾਕੀ ਰਹਿੰਦੇ ਉਹਨਾਂ ਵਿੱਚ ਵੀ ਹੌਲੀ-ਹੌਲੀ ਸ਼ੁਰੂ ਹੋ ਜਾਵੇਗਾ ਦੋਸਤੋ ਸਾਡਾ ਇਹੀ ਮੋਟਿਵ ਸੀ ਜਿਹੜਾ ਪੰਜਾਬ ਬੁਢਾਪਾ ਪੈਨਸ਼ਨ ਸਕੀਮ ਦੇ ਤਹਿਤ ਜਿਹੜੀ ਨਵੀਂ ਅਪਡੇਟ ਆਈ ਸੀ ਤੁਹਾਡੇ ਨਾਲ ਸਾਂਝਾ ਕਰਨ ਦੀ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵੀਡੀਓ ਪਸੰਦ ਆਇਆ ਤੇ ਦੋਸਤੋ ਲਾਈਕ ਦਾ ਬਟਨ ਜਰੂਰ ਦਬਾ ਦਿਆ ਕਰੋ ਨਾਲ ਸ਼ੇਅਰ ਵੀ ਕਰਿਆ ਕਰੋ ਆਪਣੇ ਆਸ ਪੜੋਸ ਆਪਣੇ ਭਾਈਚਾਰੇ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਨੌਲੇਜ ਹੋ ਸਕੇ ਉਹ ਵੀ ਨਵੀਂ-ਨਵੀਂ ਜਾਣਕਾਰੀਆਂ ਲੈਂਦੇ ਰਹਿਣ ਸੋ ਦੋਸਤੋ ਰਹੀ ਗੱਲ 2500 ਦੀ 2500 ਦਾ ਆਉਣ ਵਾਲੇ ਕੁਝ ਇਹ ਜਿਹੜੇ 2022 ਦਾ ਸਾਲ ਹੈ ਦੋਸਤੋ ਇਸ ਦੇ ਵਿੱਚ ਤੁਹਾਡੀ ਪੈਨਸ਼ਨ ਸ਼ੁਰੂ ਹੋ ਜੇਗੀ ਉਸ ਤੋਂ ਪਹਿਲਾਂ ਦੋਸਤੋ ਮਹਿਲਾਵਾਂ ਦਾ ਜਿਹੜਾ 1000 ਰੁਪਿਆ ਹੈ ਉਹ ਸ਼ੁਰੂ ਹੋਵੇਗਾ ਸੋ ਦੋਸਤੋ ਮਿਲਦੇ ਆ ਨਵੀਂ ਅਪਡੇਟ ਲੈ ਕੇ ਇੱਕ ਨਵੀਂ ਵੀਡੀਓ ਵਿੱਚ ਜਾਣਕਾਰੀ ਨਾਲ ਭਰਪੂਰ ਵੀਡੀਓ ਲੈ ਕੇ ਆਵਾਂਗੇ ਤਾਂ ਜੋ ਤੁਹਾਨੂੰ ਲਾਭ ਹੋ ਸਕੇ ਸੋ ਦੋਸਤੋ ਧੰਨਵਾਦ ਜੈ ਹਿੰਦ